ਰਾਏ ਮੈਂ ਦੱਸੀ ਤਾਂ ਜਾਂਦਾ, ਰਾਏ ਤੁਹਾਡੀ ਰਾਏ ਦੱਸ ਰਿਹਾ ਹੈ ਬੇਟਾ, ਆਏ ਨਹੀਂ ਕਰੀਦਾ ਹੁੰਦਾ। ਚਲੋ ਸ਼ਾਬਾਸ਼ ਸ਼ਾਬਾਸ਼ ਹਾਂਜੀ ਸ਼ਾਬਾਸ਼, ਤਬੀਅਤ ਢਿੱਲੀ ਹੈ। ਡਾਕਟਰ ਸਾਹਿਬ ਕਹੇ ਤਾਂ ਨਾਲ ਦੇ ਵਾਪਸ ਲੈ ਆਵਾਂਗੇ, ਕਮਾਲ ਦੀ ਜੇ ਕੋਈ ਗੱਲ ਮੁੱਢਲੇ ਟ੍ਰੀਟਮੈਂਟ ਸ਼ੁਰੂ ਕਰ ਦਿੰਦੇ ਆ। ਪਲੀਜ਼ 5 ਮਿੰਟ ਦਾ ਟਾਈਮ ਦਿਓ, ਸਾਨੂੰ ਵੀ ਟਾਈਮ ਦਿਓ ਨਾ, 5 ਮਿੰਟ ਦਾ ਟਾਈਮ ਦਿਓ। ਇਹਨੇ ਉਰੇ ਖੜ ਜਾਓ, ਸ਼ੱਕ ਕੋਈ ਗੱਲ ਕੋਈ ਗੱਲ ਨਹੀਂ, ਆਹੀ ਜਿਹੜਾ ਹੈ ਪੋਜ਼ਿਟਿਵ ਫੀਡਬੈਕ ਦਵਾਂਗੇ ਸਰ, ਕੋਈ ਐਡੀ ਹੋ ਨਹੀਂ, ਸਾਰੇ ਹੀ ਵੈਲ ਐਜੂਕੇਟਡ ਤੋਂ ਆਪਾਂ ਮੰਗਾ ਦੇ ਲਾਲ ਲਾਲ ਇਹਨਾਂ ਦਾ ਧਿਆਨ ਕਿਤੇ ਰੱਖਿਆ ਬੇਟਾ। ਕੋਈ ਸਰੀਰਕ ਤੌਰ ਤੇ ਪ੍ਰੋਬਲਮ ਆਉਂਦੀ ਹੈ ਉਹ ਔਖਾ ਹੋਊਗਾ ਬੱਚੇ ਦੇ ਲਈ, ਇਹ ਵੀ ਜਿਹੜੀ ਹੈ ਇਹ ਚੀਜ਼ ਅੱਗੇ ਪਹੁੰਚਾਉਣੀ ਚਾਹੀਦੀ ਹੈ। ਜਾ ਰਹੀ ਬਾਜੀ, ਅਸੀਂ ਰੋਜ਼ ਭੇਜ ਰਹੇ ਹਾਂ, ਜਿੰਨੀ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਕਾਰਵਾਈ ਤਾਂ ਕੋਈ ਨਹੀਂ ਹੋ ਰਹੀ ਉਸ ਚੀਜ਼ ਤੇ, ਸਰ ਕਾਰਵਾਈ ਕੋਈ ਨਹੀਂ ਹੋ ਰਹੀ। ਜਿਹੜਾ ਸਾਡੇ ਹੱਥ 'ਚ ਹੈਗਾ ਸੀ ਉਹ ਤਾਂ ਸਾਰਾ ਕਰੀ ਜੰਨੇ ਪਏ, ਇਹ ਤਾਂ ਫਿਰ ਇਹ ਦੇਖੋ ਉਮਰ ਤੇ ਪੈਸੇ ਵੀ ਰਹੇ ਆ ਸਰ, ਮਰ ਤੇ ਪੈਸੇ ਵੀ ਰਹੇ ਆ ਜੋ ਸੜਕਾਂ ਤੇ ਬੈਠੇ ਆ। ਫੈਮਿਲੀ ਲੈ ਕੇ ਡੀਸੀ ਸਾਹਿਬ ਨੇ ਭੇਜਿਆ ਤਾਂ ਮੈਸੇਜ ਆ ਗਿਆ ਸਰ, ਦੇਖੋ ਮਰਨ ਨੂੰ ਅਸੀਂ ਕਸਰ ਨਹੀਂ ਹੈਗੀ, ਮਰਨ ਨੂੰ ਸਾਡੀ ਸਰ ਜਿਹੜੀ ਪ੍ਰਾਈਵੇਟ ਜੌਬ ਅਸੀਂ ਕਰ ਰਹੇ ਹਾਂ 2-2, 4-4 ਹਜ਼ਾਰ 'ਚ, ਉਹਨੂੰ ਵੀ ਛੱਡੀ ਉਰੇ ਸੜਕਾਂ ਤੇ ਬੈਠੇ ਆ, ਬੱਚੇ ਨੇ ਸਾਡੇ ਜਿਹੜੇ ਆਉਣ ਵਾਲਾ ਫਿਊਚਰ ਹੈ ਉਹ ਵੀ ਖਰਾਬ ਹੋ ਰਿਹਾ ਹੈ। ਇਹ ਕਿਸੇ ਮਾਂ ਦੇ ਪੁੱਤ ਨੇ, ਇਹ ਮਾਂ ਦੇ ਪੁੱਤ ਨੇ, ਸਾਡੇ ਭਰਾ ਨੇ, ਬਸ ਫਿਰ ਗੱਲ ਕਰ ਇਹ ਸਾਡੇ ਭਰਾ ਨੇ, ਇਹਨਾਂ ਦੀ ਸਿਹਤ ਦੀ ਆਪਾਂ ਇਹਨਾਂ ਦੀ ਤਾਂ ਮੰਮੀ ਦਾ ਪੈਰ ਹੈ, ਫਸਟ ਜਿਹੜੀ ਹੈ ਸਾਡੀ ਪ੍ਰਾਇੋਰਟੀ ਹੈ ਉਹ ਇਹ ਨੇ, ਹਾਂ ਇਹਨਾਂ ਦੀ ਹੈਲਥ ਪ੍ਰਾਇੋਰਟੀ ਹੈ, ਸੈਕੰਡਰੀ ਹੈ, ਠੀਕ ਹੈ, ਬਾਕੀ ਚੀਜ਼ਾਂ ਸੈਕੰਡਰੀ ਨੇ, ਲੇਕਿਨ ਇਹ ਚੀਜ਼ ਨੂੰ ਨਾ ਤਾਂ ਦੇਖੋ ਪ੍ਰਸ਼ਾਸਨ ਸਮਝ ਰਿਹਾ ਹੈ, ਠੀਕ ਹੈ, ਨਾ ਹੀ ਸੀਐਮ ਸਾਹਿਬ ਸਮਝ ਰਹੇ, ਨਾ ਐਜੂਕੇਸ਼ਨ ਮਿਨਿਸਟਰ ਸਮਝ ਰਹੇ, ਪ੍ਰਸ਼ਾਸਨ ਨਾ ਸਮਝਦਾ ਹੁੰਦਾ ਨਾ, ਸਪੈਸ਼ਲ ਆਪ ਫੋਨ ਕਰਕੇ ਐਸਐਚਓ ਨੂੰ ਭੇਜ ਕੇ ਲਿਜਾ ਕੇ ਮਿਲਾਉਂਦਾ ਨਾ, ਅਸੀਂ ਸਮਝ ਰਹੇ ਪਰ ਸਾਡੇ ਲੈਵਲ ਦੀ ਜਿੰਨੀ ਅਸੀਂ ਉਸ ਤੋਂ ਵੱਧ ਕੇ ਕਰ ਰਹੇ ਹਾਂ, ਪ੍ਰੈਸ਼ਰ ਪਾ ਸਕਦੇ ਹੋ ਸਰ, ਬਟ ਐਡਮਿਨਿਸਟ੍ਰੇਸ਼ਨ ਤੋਂ ਭਾਵ ਕੀ ਹੈ ਕਿ ਤੁਸੀਂ ਗੱਲ ਸਰਕਾਰ ਦੀ, ਗਵਰਨਮੈਂਟ ਨਹੀਂ ਨਾ ਉਸ ਚੀਜ਼ ਨੂੰ ਕਰ ਰਹੀ ਹੈ, ਗਵਰਨਮੈਂਟ ਨੂੰ ਤੁਹਾਡਾ ਮੰਗ ਪੱਤਰ ਵੀ ਅਸੀਂ ਭੇਜਦਾ ਹੈ, ਤੁਹਾਡੀ ਡਿਮਾਂਡ ਵੀ ਭੇਜਦੀ, ਪਤਾ ਕੀ ਸਾਹਿਬ ਨੇ ਆਪ ਵੀ ਗੱਲ ਕੀਤੀ ਹੈ ਬੇਟਾ, ਸਰ ਇੱਕ ਮਿੰਟ ਫਿਕਰਮੰਦ ਆ, ਪਤਾ ਕੀ ਹੈ ਸਰ ਗੱਲ ਵੀਡੀਓ ਬਣ ਰਹੀ ਹੈ ਸਰ, ਕੋਈ ਨਹੀਂ ਨਹੀਂ ਪਤਾ ਗੱਲ ਕੀ ਗੱਲ ਇਹ ਨਹੀਂ ਹੈ ਜੀ ਕਿ ਉਹ ਪ੍ਰਾਈਵੇਟ ਵੀ ਕਰਵਾਣਾ ਹੈ ਜਾਂ ਨਹੀਂ ਕਰਵਾਣਾ, ਗੱਲ ਇਹ ਹੈ ਕਿ ਇਹਨਾਂ ਦੋਨਾਂ ਦੀ ਹਾਲਤ ਸਾਡੇ ਠੀਕ ਨਹੀਂ ਹੈ ਸਰ, ਮੈਂ ਹੁਣ ਕਹਿ ਰਿਹਾ ਵੀ ਉਸ ਚੀਜ਼ ਦੇ ਲਈ ਆਪਾਂ ਨੂੰ ਇਲਾਜ ਦੇ ਵੱਲ ਜਾਣਾ ਚਾਹੀਦਾ। ਚਲੋ ਤੁਸੀਂ ਸੋਚ ਲਓ, ਗਵਰਨਮੈਂਟ ਲਾ ਲਓ, ਕਰ ਰਹੇ ਹੋ